ਜਿਵੇਂ ਪ੍ਰੋਟੇਨ ਖਾ ਰਹੇ ਆਂ دوسری ਸਾਈਡ ਤੇ ਐਸੀ ਸੋਡੀਅਮ ਆਪਾਂ ਜ਼ਿਆਦਾ ਪਾ ਰਹੇ ਆਂ ਖਾਣੇ ਦੇ ਵਿੱਚ ਸਿੱਧਾ ਕਿ ਅਸੀਂ ਨਮਕ ਜ਼ਿਆਦਾ ਯੂਜ਼ ਕਰ ਲੈਂਦੇ ਆਂ ਤੇ ਸਾਡਾ ਬੀਪੀ ਹਾਈ ਹੋ ਜਾਂਦਾ ਤੇ ਅਸੀਂ ਫੂਡ ਕਿਸ ਤਰ੍ਹਾਂ ਦਾ ਖਾ ਰਹੇ ਆਂ ਉਸ ਤੋਂ ਬਾਅਦ ਅਸੀਂ ਜਿਹੜਾ ਫੂਡ ਖਾ ਰਹੇ ਆ ਉਹਦਾ ਨਿਊਟ੍ਰੀਸ਼ਨ ਵੈਲਿਊ ਅਸੀਂ ਚੈੱਕ ਨਹੀਂ ਕਰਦੇ ਜੇ ਅਸੀਂ ਬੱਚਿਆਂ ਨੂੰ ਦੇਖੀਏ ਜੇ ਅਸੀਂ ਕੋਲਡ ਡਰਿੰਕ ਦੀ ਗੱਲ ਕਰੀਏ ਤੇ ਕੋਲਡ ਡਰਿੰਕ ਆਪਣੇ ਆਪ ਦੇ ਵਿੱਚ ਇੱਕ ਐਸਿਡਿਕ ਫੂਡ ਹੈ

ਇਨਸਾਨ ਇੱਕ ਇਦਰ ਪਰਸਨ ਹੈ ਜਿਹੜਾ ਰਾਤ ਨੂੰ ਲੇਟ ਸੌਂਦਾ ਤੇ ਅਗਲੇ ਦਿਨ ਫਿਰ ਉਹ ਦ ਸਵੇਰੇ ਲੇਟ ਉੱਠਦਾ ਸਾਰੇ ਕੰਮ ਲੇਟ-ਲੇਟ ਹੁੰਦੇ ਤੇ ਖਾਣਾ ਵੀ ਲੇਟ ਹੋ ਜਾਂਦਾ ਪਾਣੀ ਦਾ ਵੀ ਪਤਾ ਨਹੀਂ ਲੱਗਦਾ ਤੇ ਹੌਚ-ਪੋਹਚੀ ਜ਼ਿੰਦਗੀ ਜੀ ਰਿਹਾ ਜੇ ਅਸੀਂ ਡਾਈਟ ਦੇ ਵਿੱਚ ਕੋਈ ਚੇਂਜਸ ਕਰ ਲਈਏ ਆਪਣਾ ਐਕਸਰਸਾਈਜ਼ ਪੈਟਰਨ ਨੂੰ ਚੇਂਜ ਕਰੀਏ ਤੇ ਅਸੀਂ ਓਬੀਸੀਟੀ ਵਰਗੀ ਪ੍ਰੋਬਲਮ ਤੋਂ ਫਟਕਾਰਾ ਕਾਸ ਆ ਰਹੇ ਹਾਂ ਅਸੀਂ ਜੰਕ ਫੂਡ ਦੇ ਨਾਲ ਹੈਪੀਨੈਸ ਲਿੰਕ ਕਰਦੇ ਤੇ ਘਰ ਦੇ ਦੇ ਫੂਡ ਨਾਲ ਅਸੀਂ ਸアドਨੈਸ ਫੀਲਿੰਗ ਕਰਦੇ ਕਿ ਅਸੀਂ ਤੇ ਅਸੀਂ ਤੇ ਕਾ ਖਾ ਰਹੀ ਹਾਂ ਬੜਾ ਮੈਨੂੰ ਸੁਣ ਕੇ ਅਜੀਬ ਲੱਗਦਾ ਜਦ ਲੋਕੀ ਕਹਿੰਦੇ ਅੱਛਾ ਤੁਹਾਨੂੰ ਡਾਇਬੀਟਿਸ ਹੈ ਹਾਂ ਮੈਨੂੰ ਵੀ ਹੈਗੀ ਇਹ ਇੱਕ ਇਹ ਸਟੇਟਸ ਸਿੰਬਲ ਬਣ ਜਾਂਦਾ ਅੱਜ ਕੱਲ ਦੇ ਟਾਈਮ 'ਚ ਮਾਈਂਡਫੁਲਨੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮਾਈਂਡਫੁਲਨੈਸ ਕੀ ਪ੍ਰੈਜ਼ੈਂਟ 'ਚ ਰਹਿਣਾ ਮੂਸ ਤੇ ਸਾਡੇ ਥਾਟਸ ਇੱਥੇ ਤੇ ਅਸੀਂ ਪਾਸਟ 'ਚ ਰਹਿੰਦੇ ਹਾਂ ਜਾਂ ਅਸੀਂ ਫਿਊਚਰ ਦਾ ਸੋਚਦੇ ਹਾਂ ਪ੍ਰੈਜ਼ੈਂਟ ਨੂੰ ਤੇ ਅਸੀਂ ਇੰਜੋਏ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਨਿਰਪੱਖ ਪੋਸਟ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਚੀਜ਼ ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹਾਂ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਤੇ ਕਿਤੇ ਨਾ ਕਿਤੇ ਹਰ ਇੱਕ ਆਪਣੀ ਜ਼ਿੰਦਗੀ ਦੇ ਨਾਲ ਉਸ ਚੀਜ਼ ਨੂੰ ਰਿਲੇਟ ਕਰਕੇ ਵੀ ਜ਼ਰੂਰ ਦੇਖੇਗਾ ਤੇ ਆਪਾਂ ਗੱਲ ਕਰਾਂਗੇ ਅੱਜ ਆਦਤਾਂ ਦੇ ਬਾਰੇ ਆਦਤਾਂ ਜਿਹੜੀਆਂ ਕਿ ਆਪਣੀ ਜ਼ਿੰਦਗੀ ਨੂੰ ਸਵਾਰ ਵੀ ਸਕਦੀਆਂ ਹਨ ਤੇ ਜ਼ਿੰਦਗੀ ਨੂੰ ਵਿਗਾੜ ਵੀ ਸਕਦੀਆਂ ਤੇ ਇਹਨਾਂ ਆਦਤਾਂ ਦਾ ਕਦੇ ਨਾ ਕਦੇ ਆਪਣੀ ਜੋ ਸਿਹਤ ਹੈ ਆਪਣੀ ਜੋ ਹੈਲਥ ਹੈ ਉਸ ਤੇ ਵੀ ਚੰਗੇ ਮਾੜੇ ਪ੍ਰਭਾਵ ਪੈਂਦੇ ਜ਼ਰੂਰ ਨਜ਼ਰਾਂ ਸੋ ਇਸੇ ਨੂੰ ਲੈ ਕੇ ਅੱਜ ਆਪਣੇ ਨਾਲ ਗੱਲਬਾਤ ਕਰਨ ਲਈ ਖਾਸ ਤੌਰ ਤੇ ਮੌਜੂਦ ਹੈ ਐਨ ਐਲ ਪੀ ਥੈਰਾਪਿਸਟ ਵੈਲਨੈਸ ਕੋਚ ਡਾਕਟਰ ਰਜਨੀ ਚੋਹਾਨ ਜੀ ਸੋ ਸਸ਼ਕਲ मैम ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸ਼ਕਲ मैम ਹੋਰ ਠੀਕ ਠਾਕ ਹੋ ਮੈਮ ਤੁਸੀਂ ਬਹੁਤ ਵਧੀਆ ਜੀ ਸੋ ਅੱਜ ਜਿਵੇਂ ਕਿ ਆਪਾਂ ਇੰਟਰੋਡਕਸ਼ਨ ਦੇ ਵਿੱਚ ਮੈਮ ਗੱਲ ਕੀਤੀ ਹੈ ਆਦਤਾਂ ਦੇ ਬਾਰੇ ਹੈਨਾ ਤਾਂ ਆਦਤਾਂ ਹਰ ਇੱਕ ਦੀ ਲਾਈਫ ਨੂੰ ਕਾਫੀ ਜ਼ਿਆਦਾ ਇਫੈਕਟ ਕਰਦੀਆਂ ਚੰਗੀਆਂ ਵੀ ਹੁੰਦੀਆਂ ਮਾੜੀਆਂ ਵੀ ਹੁੰਦੀਆਂ ਜੇ ਆਪਾਂ ਹੈਲਥ ਦੇ ਨਾਲ ਰਿਲੇਟ ਕਰਕੇ ਇਸ ਨੂੰ ਗੱਲ ਕਰੀਏ ਤਾਂ ਆਦਤਾਂ ਦਾ ਹੈਲਥ ਤੇ ਆਪਣੀ ਸਿਹਤ ਤੇ ਕੀ ਅਸਰ ਪੈ ਸਕਦਾ ਔਰ ਕਿਸ ਤਰੀਕੇ ਦੇ ਨਾਲ ਮੈਂ ਅਸੀਂ ਜਿੱਦਾਂ ਦੇਖਦੇ ਆ ਕਿ ਆਦਤਾਂ ਡਿਵੈਲਪ ਕਿੱਦਾਂ ਹੁੰਦੀਆਂ ਜਿੱਦਾਂ ਅਸੀਂ ਖਾਣ ਪੀਣ ਦੀ ਆਦਤਾਂ ਦੇਖੀਏ ਤੇ ਅੱਜ ਕੱਲ ਦੇ ਟਾਈਮ ਤੇ ਜਦ ਬੱਚੇ ਟੀਵੀ ਦੇਖ ਰਹੇ ਹੁੰਦੇ ਆ ਤੇ ਉਹਨਾਂ ਨੂੰ ਸਡਨਲੀ ਆਉਂਦਾ ਹੈ ਕਿ ਪੈਪਸੀ ਦੇਖਦੇ ਪੈਪਸੀ ਦੇਖ ਲਈ ਉਹਨਾਂ ਨੂੰ ਕਹਿੰਦੇ ਪੈਪਸੀ ਪੀਣੀ ਆ ਬਿਲਕੁਲ ਸੇ ਆਦਤਾਂ ਸਾਡੀਆਂ ਨੇਚਰਲੀ ਡਿਵੈਲਪ ਹੁੰਦੀਆਂ ਬਟ ਕਿਸ ਤਰ੍ਹਾਂ ਦੀ ਆਦਤਾਂ ਡਿਵੈਲਪ ਕਰ ਰਹੇ ਆ ਇਹ ਡਿਪੈਂਡ ਕਰਦਾ ਅਸੀਂ ਕਿਸ ਇਨਵਾਇਰਨਮੈਂਟ ਵਿੱਚ ਕਿਹਦੇ ਵੱਲ ਅਸੀਂ ਅਟ੍ਰੈਕਟ ਹੋ ਰਹੇ ਆ ਤੇ ਜੇ ਅਸੀਂ ਬੱਚਿਆਂ ਨੂੰ ਦੇਖੀਏ ਜੇ ਅਸੀਂ ਕੋਲਡ ਡਰਿੰਕ ਦੀ ਗੱਲ ਕਰੀਏ ਤੇ ਕੋਲਡ ਡਰਿੰਕ ਆਪਣੇ ਆਪ ਦੇ ਵਿੱਚ ਇੱਕ ਐਸਿਡਿਕ ਫੂਡ ਹੈ ਐਸਿਡਿਕ ਫੂਡ ਅਸੀਂ ਨਾਰਮਲੀ ਬੱਚਾ ਨੂੰ ਉਦਾਂ ਵੀ ਦੇ ਦਿੰਦੇ ਆ ਕਿਉਂਕਿ ਕੋਈ ਕੋਈ ਬੱਚਾ ਡਿਮਾਂਡ ਕਰ ਰਿਹਾ ਰੋ ਰਿਹਾ ਪੇਰੈਂਟਸ ਕੁਝ ਹੱਲ ਨਹੀਂ ਕੱਢ ਪਾ ਰਹੇ ਤੇ ਉਹ ਐਸਿਡਿਕ ਫੂਡ ਜਾ ਕੇ ਬੱਚੇ ਦੇ ਅੰਦਰ ਇੰਟੈਸਟਾਈਨ ਚ ਪ੍ਰੋਬਲਮ ਕ੍ਰੀਏਟ ਕਰਦਾ ਕਿਉਂਕਿ ਉਹ ਜਦ ਕੋਲਡ ਡਰਿੰਕ ਅਸੀਂ ਦੇ ਰਹੇ ਆ ਕਾਰਬੋਨੇਟਡ ਡਰਿੰਕਸ ਆ ਉਹ ਡਰਿੰਕਸ ਜਿਹੜੀਆਂ ਹੈ ਜਾ ਕੇ ਡਿਸਟਰਬੈਂਸ ਕ੍ਰੀਏਟ ਕਰਦੀਆਂ ਦੂਸਰੀ ਗੱਲ ਅਗਰ ਦੇਖੀਏ ਲਾਈਫ ਸਟਾਈਲ ਡਿਸੀਜ਼ ਜਿਹਦੇ ਵਿੱਚ ਆਉਂਦੀ ਆ ਡਾਇਬੀਟੀਜ਼ ਜਿਹਦੇ ਵਿੱਚ ਆਉਂਦਾ ਹੈ ਥਾਇਰੋਇਡ ਜਿਹਦੇ ਵਿੱਚ ਅਗਰ ਇਹ ਡਿਸੀजेस ਡਾਕਟਰ ਇਹ ਕਹਿੰਦਾ ਹੈ ਕਿ ਮੈਡੀਸਨ ਤੁਸੀਂ ਖਾਈ ਜੋ ਬਿਕੋਜ਼ ਇਹ ਆਉਣ ਵਾਲੇ ਟਾਈਮ ਤੱਕ ਤੁਹਾਨੂੰ ਰਹੇਗੀ ਬਿਕੋਜ਼ ਇਹ ਡਿਸੀਜ਼ ਜਿਹੜੀ ਹੈ ਉਹ ਬੇਸਿਕਲੀ ਆਦਤਾਂ ਦੇ ਉੱਤੇ ਡਿਪੈਂਡ ਕਰਦੀ ਹੈ ਜੇ ਤੁਸੀਂ ਆਪਣੀ ਬਾਡੀ ਵਿੱਚ ਅਨਨੈਸੈਸਰੀਲੀ ਫੂਡ ਦੇ ਰਹੇ ਹੋ ਐਸਿਡਿਕ ਫੂਡ ਦੇ ਰਹੇ ਹੋ 슈ਗਰ ਕੰਟੈਂਟ ਜ਼ਿਆਦਾ ਦੇ ਰਹੇ ਹੋ ਜਾਂ ਫਿਰ ਇਦਾਂ ਦਾ ਖਾਣਾ ਦੇ ਰਹੇ ਹੋ ਜਿਹੜਾ ਫੈਟ ਕੰਟੈਂਟ ਜਿਹਦੇ ਵਿੱਚ ਜ਼ਿਆਦਾ ਹੈ ਉਹ ਸਾਡੇ ਨੈਚੁਰਲ ਹੈਬਿਟਸ ਦੇ ਵਿੱਚ ਬਣ ਗਿਆ ਜਿੱਦਾਂ ਆਪਾਂ ਪਾਰਟੀ ਕਰਨ ਗਏ ਆ ਤਾਂ ਪਾਰਟੀ ਕਰਨ ਗਏ ਆ ਤੇ ਉਥੇ ਚੀਜ਼ ਚੀਲੀ ਖਾ ਲੈਂਦੇ ਆ ਬਿਲਕੁਲ ਅਸੀਂ ਪਰਾਂਠੇ ਚਾਹ ਰਹੇ ਹਾਂ ਸਵੇਰੇ ਸਵੇਰੇ ਮਾਰਨਿੰਗ ਵਿੱਚ ਪੰਜਾਬੀ ਤੇ ਖਾਂਦੇ ਹੀ ਪਰਾਂਠੇ ਆ ਜੇ ਅਸੀਂ ਪਰਾਂਠੇ ਖਾ ਰਹੇ ਹਾਂ ਦੂਸਰੀ ਸਾਈਡ ਤੇ ਅਸੀਂ ਸੋਡੀਅਮ ਆਪਾਂ ਜ਼ਿਆਦਾ ਪਾ ਰਹੇ ਹਾਂ ਖਾਣੇ ਦੇ ਵਿੱਚ ਸਿੱਧਾ ਕਿ ਅਸੀਂ ਨਮਕ ਜ਼ਿਆਦਾ ਯੂਜ਼ ਕਰ ਲੈਂਦੇ ਆ ਤੇ ਸਾਡਾ ਬੀਪੀ ਹਾਈ ਹੋ ਜਾਂਦਾ ਬੇਸਿਕਲੀ ਸਾਡੀਆਂ ਆਦਤਾਂ ਹੀ ਸਾਡੀ ਸਿਹਤ ਖਰਾਬ ਕਰ ਰਹੀਆਂ ਤੇ ਜਿਹਦੇ ਉੱਤੇ ਸਾਨੂੰ ਫੋਕਸ ਕਰਨ ਦੀ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਐਸਓ ਜਿਵੇਂ ਕਿ ਆਦਤਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਖਾਣ ਪੀਣ ਦੀਆਂ ਆਦਤਾਂ ਬਾਰੇ ਗੱਲ ਕੀਤੀ ਹੈ ਚਲੋ ਖਾਣ ਪੀਣ ਦੀਆਂ ਆਦਤਾਂ ਨਾਲ ਕਾਫੀ ਜ਼ਿਆਦਾ ਜੋ ਹੈ ਆਪਣੀ ਸਿਹਤ ਤੇ ਅਸਰ ਹੁੰਦਾ ਇਸ ਤੋਂ ਬਿਨਾ ਹੋਰ ਵੀ ਜਿਵੇਂ ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਆਦਤਾਂ ਹੁੰਦੀਆਂ ਲੇਟ ਉੱਠਣ ਦੀ ਆਦਤ ਹੋ ਗਈ ਜਾਂ ਫਿਰ ਹਰ ਇੱਕ ਚੀਜ਼ ਨੂੰ ਡਿਲੇ ਕਰਨ ਦੀ ਆਦਤ ਹੋ ਗਈ ਕਿ ਉਹਨਾਂ ਆਦਤਾਂ ਦਾ ਵੀ ਆਪਣੀ ਜ਼ਿੰਦਗੀ ਤੇ ਕੋਈ ਅਸਰ ਪੈਂਦਾ ਬਿਲਕੁਲ ਅਸਰ ਪੈਂਦਾ ਮੈਡਮ ਕਿਉਂਕਿ ਲਾਈਫ ਦੇ ਵਿੱਚ ਪੰਜ ਪੈਰਾਮੀਟਰ ਜਿਹੜੇ ਹੈ ਸਾਡੇ ਲਾਈਫ 'ਚ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਖਾਣਾ ਕਿਹੜਾ ਖਾ ਰਹੇ ਹਾਂ ਜੇ ਅਸੀਂ ਖਾਣਾ ਬਾਹਰ ਅਸੀਂ ਅੱਜਕੱਲ ਦੇ ਟਾਈਮ 'ਚ ਜਿੱਦਾਂ ਯੰਗ ਜਨਰੇਸ਼ਨ ਬਹੁਤ ਬੀਜ਼ੀ ਰਹਿੰਦੀ ਆ ਤੇ ਉਹ ਸੈਲਫ ਕੁਕ ਨਹੀਂ ਕਰਦੀ ਉਹ ਬਾਹਰ ਤੋਂ ਆਰਡਰ ਕਰਦੀ ਹੈ ਜਦੋਂ ਬਾਹਰ ਤੋਂ ਆਰਡਰ ਕਰਦੀ ਹੈ ਇਹ ਆਦਤ ਹੀ ਹੈ ਐਕਚੁਅਲੀ ਜਿਸੀ ਅਸੀਂ ਪ੍ਰੋਕਾਸਟੀਨੇਸ਼ਨ ਵੀ ਕਹ ਦਿੰਦੇ ਨੇ ਕਿ ਕੱਲ ਬਣਾ ਲਾਂਗੇ ਅੱਜ ਨਹੀਂ ਬਣਾਉਂਦੇ ਅੱਜ ਬਾਹਰੋਂ ਖਾ ਲੈਂਦੇ ਥਕੇ ਬਹੁਤ ਹੋਇਆ ਤੇ ਅਸੀਂ ਫੂਡ ਕਿਸ ਤਰ੍ਹਾਂ ਦਾ ਖਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜਾ ਫੂਡ ਖਾ ਰਹੇ ਹਾਂ ਉਹਦਾ ਨਿਊਟ੍ਰੀਸ਼ਨ ਵੈਲਿਊ ਅਸੀਂ ਚੈੱਕ ਨਹੀਂ ਕਰਦੇ ਆਦਤ 'ਚ ਨਹੀਂ ਆ ਨਾ ਜੇ ਆਦਤ 'ਚ ਨਿਊਟ੍ਰੀਸ਼ਨ ਵੈਲਿਊ ਚੈੱਕ ਕਰਨੇ ਆ ਜਾਏ ਤੇ ਅਸੀਂ ਉਹ ਬਾਹਰ ਦਾ ਖਾਣਾ ਨਹੀਂ ਖਾਵਾਂਗੇ ਤ ਜੇ ਅਸੀਂ ਪਾਣੀ ਪੀ ਵੀ ਰਹੇ ਹਾਂ ਤੇ ਅਸੀਂ ਚਾਹ ਉਹਦਾ ਕੰਟੈਂਟ ਕਿੰਨਾ ਅਸੀਂ ਆਪਣਾ ਲਿਕਵਿਡ ਚ ਲੈ ਰਹੇ ਹਾਂ ਉਹਨੂੰ ਹਾਂ ਨਾ ਅਸੀਂ ਕਹਿੰਦੇ ਚਾਹ ਪੀ ਲਈ ਤੇ ਪਾਣੀ ਦੀ ਪਿਆਸ 부ਝ ਗਈ ਦਿਸ ਇਸ ਆਲਸੋ ਆ ਹੈਬਿਟ ਸਾਡੀ ਬੋਡੀ ਨੂੰ ਪਾਣੀ ਦੀ ਜਿਹੜੀ ਰਿਕੁਆਇਰਮੈਂਟ ਹੈ ਕਿਉਂਕਿ 70% ਬੋਡੀ ਚ ਪਾਣੀ ਹੈਗਾ ਤੇ ਅਕਸਰ ਅਸੀਂ ਪਾਈ ਨਹੀਂ ਪਾਣੀ ਪੀਣ ਦੀ ਅਗਰ ਕਿਸੇ ਜੀ ਨਾਰਮਲੀ ਤੁਸੀਂ ਪੁੱਛ ਲਓ ਕਿਸੇ ਪਰਸਨ ਨੂੰ ਕਿ ਤੁਸੀਂ ਕਿੰਨਾ ਪਾਣੀ ਪੀਂਦੇ ਹੋ ਉਹ ਕਹਿੰਗਾ ਜੀ ਚਾਰ ਗਲਾਸ ਵੱਧ ਤੋਂ ਵੱਧ 8 ਗਲਾਸ ਜਾਂ 12 ਗਲਾਸ ਕਿਸੇ ਨੂੰ ਅਜੇ ਤੱਕ ਇਹ ਪਤਾ ਹੀ ਨਹੀਂ ਕਿ ਕਿੰਨੀ ਦੇਰ ਚ ਪਾਣੀ ਪੀਣਾ ਚਾਹੀਦਾ ਹੈ ਕਿਸ ਤਰ੍ਹਾਂ ਪਾਣੀ ਆਲਥੋ ਗਿਆਨ ਸਾਰਿਆਂ ਨੂੰ ਹੈ ਨੌਲੇਜ ਮੈਨੂੰ ਪਤਾ ਹੈ ਜੀ ਮੈਨੂੰ ਪਤਾ ਹੈ ਮੈਂ ਪਾਣੀ ਐਨਾ ਪੀਣਾ ਪਰ ਪੀ ਨਹੀਂ ਪਾਂਦਾ ਤੇ ਜਿਹੜੀ ਸਾਡੀ ਵੈਲਨੈਸ ਦੀ ਜਿਹੜੀ ਅਸੀਂ ਟ੍ਰੀਟਮੈਂਟ ਕਰਦੇ ਆ ਉਹੀ ਹੈਗੀ ਕਿ ਤੁਸੀਂ ਆਪਣੀ ਪ੍ਰੋਗਰਾਮਿੰਗ ਨੂੰ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ ਅੱਛੀ ਆਦਤਾਂ ਵਿੱਚ ਤੁਸੀਂ ਕਿੱਦਾਂ ਜਾ ਸਕਦੇ ਹੋ ਲੋ ਲੈਵਲ ਤੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਡਾਊਨ ਨਾ ਫੀਲ ਕਰੀਏ ਅਸੀਂ ਅੱਪਰ ਲੈਵਲ ਤੇ ਰਹੀਏ ਮੂਡ ਸਵਿੰਗ ਸਾਡੇ ਨਾ ਹੋਣ ਉਹਦੇ ਵਾਸਤੇ ਆਦਤਾਂ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਨਿਊਰੋਲਿੰਗੁਇਸਟਿਕ ਪ੍ਰੋਗਰਾਮ ਹੈ ਉਹ ਹੈਲਪ ਕਰਦਾ ਹੈ ਕਿ ਤੁਸੀਂ ਆਪ ਦੀ ਆਪਣੀ ਆਦਤਾਂ ਜਿਹੜੀਆਂ ਤੁਸੀਂ ਜਾਣਦੇ ਹੋ ਕਿ ਵਧੀਆ ਪਰ ਬਦਲ ਨਹੀਂ ਪਾਰੇ ਉਹਦੇ ਵਿੱਚ ਸਾਡੀ ਥੈਰੇਪੀ ਬਹੁਤ ਕੰਮ ਕਰਦੀ ਹੈ ਇਸ ਤੋਂ ਬਾਅਦ ਅਗਰ ਅਲਾਵਾ ਸੀ ਅਗਰ ਦੇਖੀਏ ਅਸੀਂ ਇਹ ਖਾਣ ਪੀਣ ਪਾਣੀ ਦੀ ਗੱਲ ਕੀਤੀ ਐਕਸਰਸਾਈਜ਼ ਸਾਨੂੰ ਪਤਾ ਹੈ ਕਿ ਐਕਸਰਸਾਈਜ਼ ਕਰਨੀ ਚਾਹੀਦੀ ਹੈ ਇਹ ਵੀ ਆਦਤ ਦਾ ਪਾਰਟ ਹੋਣਾ ਚਾਹੀਦਾ ਬਟ ਅਸੀਂ ਕੀ ਕਰਦੇ ਹਾਂ ਕਹਿੰਦੇ ਕਿ ਕੋਈ ਗੱਲ ਨਹੀਂ ਆ ਠੰਡ ਹੈ ਰਹਿਣ ਦਿੰਦੇ ਆ ਬਿਲਕੁਲ ਅੱਜ ਗਰਮੀ ਬਹੁਤ ਜ਼ਿਆਦਾ ਤੇ ਏਸੀ ਚ ਗਾ ਲੈਂਦੇ ਆ ਅਸੀਂ ਜਿਮ ਵੀ ਚਲੇ ਜਾਂਦੇ ਹਾਂ ਉੱਥੇ ਵੀ ਏਸੀ ਔਨ ਕਰਕੇ ਕਰ ਲੈਂਦੇ ਆ ਤੇ ਇਹ ਕਿ ਇਹ ਆਧੁਨਿਕ 파ਟ ਹੈ ਇਹ ਵੀ ਸਾਨੂੰ ਬਦਲਨੀਆ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਅਗਰ ਅਸੀਂ ਪੰਜਵੀਂ ਗੱਲ ਦੇਖੀਏ ਕਿ ਸੋਨਾ ਸਭ ਨੂੰ ਪਤਾ ਟਾਈਮ ਤੇ ਚਾਹੀਦਾ ਤੇ ਉੱਠਣਾ ਵੀ ਟਾਈਮ ਤੇ ਚਾਹੀਦਾ ਸਭ ਨੂੰ ਪਤਾ ਪਰ ਹੋ ਨਹੀਂ ਰਿਹਾ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਯੰਗ ਜਨਰੇਸ਼ਨ ਜਿਹੜਾ ਸਾਡਾ ਨਾਈਟ ਦਾ ਟਾਈਮ ਹੈ ਉਹ ਸਾਡਾ ਰੱਬ ਦੇ ਵੱਲੋਂ ਹੀ ਚਿੜੀਆ ਕਦੀ ਤੁਸੀਂ ਜਾਗਦੀ ਦੇਖੀ ਰਾਤ ਨੂੰ ਉਹ ਹਾਲੇ ਵੀ ਨੇਚਰਲੀ ਸੋ ਰਹੀ ਹੈ ਤੇ ਉਹ ਆਪਣਾ weight ਵੀ ਮੇਨਟੇਨ ਕਰਕੇ ਰੱਖ ਰਹੀ ਹੈ ਤੇ ਨਾ ਹੀ ਕਿਸੇ ਭਜਨਸ ਚ ਹੈਗੀ ਆ ਆਪਣਾ ਸਵੇਰੇ ਉੱਠ ਕੇ 4 ਵਜੇ ਉੱਠ ਜਾਂਦੀ ਹੈ ਤੇ ਵਾਪਸ 6 ਵਜੇ ਆ ਜਾਂਦੀ ਹੈ ਪਰ ਇਨਸਾਨ ਇੱਕ ਇਦਾਂ ਦਾ ਪਰਸਨ ਹੈ ਜਿਹੜਾ ਰਾਤ ਨੂੰ ਲੇਟ ਸੌਂਦਾ ਤੇ ਅਗਲੇ ਦਿਨ ਫਿਰ ਉਹਦਾ ਸਵੇਰੇ ਲੇਟ ਉੱਠਦਾ ਸਾਰੇ ਕੰਮ ਲੇਟ-ਲੇਟ ਹੁੰਦੇ ਆ ਤੇ ਖਾਣਾ ਵੀ ਲੇਟ ਹੋ ਜਾਂਦਾ ਪਾਣੀ ਦਾ ਵੀ ਪਤਾ ਨਹੀਂ ਲੱਗਦਾ ਤੇ ਹੌਚ-ਪੌਚ ਜੀ ਜ਼ਿੰਦਗੀ ਜੀ ਰਿਹਾ ਜੀ ਇਹ ਸਭ ਚੀਜ਼ ਤਾਂ ਚੀਜ਼ਾਂ ਜੇ ਤੁਸੀਂ ਕਹੀਏ ਆਦਤਾਂ ਹੀ ਤੇ ਹੈਗੀਆਂ ਬਿਲਕੁਲ ਤੇ ਏਸੀ ਆਦਤਾਂ ਨੂੰ ਜੇ ਅਸੀਂ ਠੀਕ ਕਰ ਸਕੀਏ ਇਹਨੂੰ ਅਸੀਂ ਕਹਿੰਦੇ ਆ ਪ੍ਰੋਕਾਸਟੀਨੇਸ਼ਨ ਵੀ ਕਹਿ ਸਕਦੇ ਆ ਡੂਇੰਗ ਨੋਇੰਗ ਬਟ ਨਾਟ ਡੂਇੰਗ ਕਨਸੈਪਟ ਅਸੀਂ ਕਹਿ ਸਕਦੇ ਹਾਂ ਕਿ ਪਤਾ ਤੇ ਹੈਗਾ ਪਰ ਹੁੰਦਾ ਨਹੀਂ ਪਤਾ ਤੇ ਹੈ ਪੜਨਾ ਪਰ ਅਸੀਂ ਪੜ ਨਹੀਂ ਪਾਰੇ ਪਤਾ ਤੇ ਹੈਗਾ ਕਿ ਟੀਵੀ ਨਹੀਂ ਦੇਖਣਾ ਚਾਹੀਦਾ ਫਿਰ ਵੀ ਅਸੀਂ ਟੀਵੀ ਦੇਖ ਰਹੇ ਹਾਂ ਬਹੁਤ ਜ਼ਿਆਦਾ ਪਤਾ ਹੈਗਾ ਕਿ ਮੋਬਾਈਲ ਘੱਟ ਯੂਜ਼ ਕਰਨਾ ਚਾਹੀਦਾ ਫਿਰ ਵੀ ਅਸੀਂ ਜ਼ਿਆਦਾ ਦੇਖ ਰਹੇ ਹਾਂ ਔਰ ਇਸੇ ਦੇ ਚਲਦੇ ਤੁਸੀਂ ਜਿਵੇਂ ਕਿ ਮੂਡ ਸਵਿੰਗਸ ਦੇ ਬਾਰੇ ਵੀ ਗੱਲ ਕੀਤੀ ਹੈ ਤਾਂ ਅੱਜ ਦੇ ਆਪਾਂ ਯੰਗਸਟਰਸ ਦੇ ਵਿੱਚ ਦੇਖ ਲਈਏ ਯੂਥ ਜਨਰੇਸ਼ਨ ਦੇ ਵਿੱਚ ਦੇਖ ਲਈਏ ਤਾਂ ਮੂਡ ਸਵਿੰਗਸ ਦੀ ਜੋ ਪ੍ਰੋਬਲਮ ਹੈ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਪਲ ਦੇ ਵਿੱਚ ਉਹ ਖੁਸ਼ ਹੋ ਜਾਂਦੇ ਆ ਜਾਂ ਫਿਰ ਉਦਾਸ ਰਹਿੰਦੇ ਐਗਰੈਸ਼ਨ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸੋ ਜਿਵੇਂ ਕਿ ਤੁਸੀਂ ਕਿਹਾ ਕਿ ਮੂਡ ਸਵਿੰਗਸ ਰਿਲੇਟ ਕਰਦੇ ਆਦਤਾਂ ਦੇ ਨਾਲ ਇਹ ਕਿਸ ਤਰੀਕੇ ਦੇ ਨਾਲ ਆਦਤਾਂ ਨਾਲ ਰਿਲੇਟ ਕਰਦੇ ਦੇਖੀ ਜੀ ਜ਼ਿੰਦਗੀ ਸਾਡੀ ਬੈਲੈਂਸ ਤੇ ਡਿਪੈਂਡ ਕਰਦੀ ਸੀਗੀ ਤੇ ਅਸੀਂ ਬੈਲੈਂਸ ਨੂੰ ਵਿਗਾੜਤਾ ਅਸੀਂ ਖਾਣਾ ਬਹੁਤ ਜ਼ਿਆਦਾ ਖਾ ਲੈਂਦੇ ਆ ਜਾਂ ਬਹੁਤ ਘੱਟ ਖਾਂਦੇ ਆ ਜਾਂ ਬਹੁਤ ਗੈਪ ਤੇ ਖਾ ਲੈਂਦੇ ਆ ਜਿਸ ਕਰਕੇ ਸਾਡੀ ਜਿਹੜੀ ਬੋਡੀ ਹੈ ਉਹ ਸਾਨੂੰ ਕਨਫਿਊਜ਼ ਰਹਿੰਦੀ ਕਿ ਮੈਨੂੰ ਕਿਸ ਤਰ੍ਹਾਂ ਕੰਮ ਕਰਨਾ ਹੈ ਜਦ ਸਾਡਾ ਬੈਲੈਂਸ ਹੀ ਨਹੀਂ ਚੱਲ ਰਿਹਾ ਕੋਈ ਪੈਟਰਨ ਹੀ ਡਿਸਾਈਡ ਨਹੀਂ ਹੋ ਰਿਹਾ ਤੇ ਮੂਡ ਵੀ ਉਸੇ ਪੈਟਰਨ ਨਾਲ ਵਰਕ ਕਰ ਰਿਹਾ ਜਿਸ ਪੈਟਰਨ ਨਾਲ ਸਾਡੀ ਬੋਡੀ ਵਰਕ ਕਰ ਰਹੀ ਸਾਨੂੰ ਸਮਝਣਾ ਪਏਗਾ ਮਨ ਹੀ ਸ਼ਰੀਰ ਹੈ ਸ਼ਰੀਰ ਹੀ ਮਨ ਹੈ ਜੇ ਸਾਡਾ ਸ਼ਰੀਰ ਠੀਕ ਨਹੀਂ ਹੈ ਸਾਡਾ ਮਨ ਠੀਕ ਨਹੀਂ ਹੋਏਗਾ ਔਰ ਸਰੀਰ ਜਿਹੜਾ ਹੈ ਆਦਤਾਂ ਤੇ ਡਿਪੈਂਡ ਕਰਦਾ ਹੈ ਖਾਣ ਦੀ ਆਦਤ ਉੱਠਣ ਦੀ ਆਦਤ ਪਾਣੀ ਪੀਣ ਦੀ ਆਦਤ ਇਹਨਾਂ ਤੇ ਡਿਪੈਂਡ ਕਰਦਾ ਹੈ ਏਸੀ ਕਰਕੇ ਅਗਰ ਜਿਵੇਂ ਬਾਡੀ ਚ ਬੈਲੈਂਸ ਨਹੀਂ ਆ ਰਿਹਾ ਤੇ ਮੂਰਚੇ ਵੀ ਬੈਲੈਂਸ ਨਹੀਂ ਆ ਰਿਹਾ ਬਿਲਕੁਲ ਸੋ ਅਗਰ ਤੁਹਾਡੇ ਅਕੋਰਡਿੰਗ ਆਪਾਂ ਗੱਲ ਕਰੀਏ ਇੱਕ ਇਨਸਾਨ ਦੀ ਡੇਲੀ ਡਾਈਟ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਕਿਹੜੀ ਚੀਜ਼ਾਂ ਉਹਨਾਂ ਦੀ ਡਾਈਟ ਦੇ ਵਿੱਚ ਹੋਣੀਆਂ ਚਾਹੀਦੀਆਂ ਦੇਖੀਏ ਡਾਈਟ ਜਿਹੜੀ ਹੈ ਬੈਲੈਂਸਡ ਡਾਈਟ ਅਸੀਂ ਸ਼ਾਇਦ 5ਵੀਂ ਕਲਾਸ 'ਚ ਚੈਪਟਰ ਪੜ੍ਹ ਲਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਕੁਝ ਇੰਪੋਰਟੈਂਸ ਨਹੀਂ ਦਿੱਤੀ ਬਾਕੀ ਸਾਇੰਸ ਦੇ ਅ ਵਰਸੀ ਆਪਣਾ ਪੰਜਵੀਂ ਦਾ ਚੈਪਟਰ ਪੁੱਲ ਗਏ ਚੌਥੀ ਦਾ ਪੋਰਟਰ ਪੁੱਲ ਗਏ ਜਿਹਦੇ ਸਿਸ ਬੈਲੈਂਸ ਡਾਈਟ ਕਹਿੰਦੇ ਸੀ ਜਿਹਦੇ ਚ ਪ੍ਰੋਟੀਨ ਕਾਰਬੋਹਾਈਡਰੇਟਸ ਤੇ ਜਿਹਦੇ ਵਿੱਚ ਅਸੀਂ ਕਹਿੰਦੇ ਸੀ ਫੈਟ ਲੈਵਲ ਬੈਲੈਂਸ ਹੋਣਾ ਚਾਹੀਦਾ ਮਾਈਕਰੋ ਨਿਊਟ੍ਰੀਐਂਟਸ ਹੋਣੇ ਚਾਹੀਦੇ ਆ ਮਾਈਕਰੋ ਹੋਣੇ ਚਾਹੀਦੇ ਆ ਜਦਕਿ ਅਸੀਂ ਕੀ ਕੀਤਾ ਅਸੀਂ ਬਹੁਤ ਸਾਰਾ ਅਡਲਟ ਰੇਟਡ ਫੂਡ ਖਾਣਾ ਸ਼ੁਰੂ ਕਰਤਾ ਜੀ ਅਡਲਟ ਰੇਟਡ ਉਦਾਂ ਵੀ ਬਹੁਤ ਜ਼ਿਆਦਾ ਅਵੇਲੇਬਲ ਆ ਜਿਵੇਂ ਮਿਲਕ ਕਹੀਏ ਤੇ ਉਹ ਵੀ ਪਿਓਰ ਨਹੀਂ ਹੈ ਪੈਸਟੀਸਾਈਡ ਦੀ ਬਹੁਤ ਜ਼ਿਆਦਾ ਛਿੜਕਾਅ ਹੋ ਰਿਹਾ ਤੇ ਸਾਡਾ ਜਿਹੜਾ ਡਾਈਟ ਹੈਗਾ ਉਹ ਵੀ ਹੁਣ ਇਸ ਟਾਈ ਤੇ ਹੈਬਿਟ ਜਿਹੜੀ ਸਾਡੀ ਚੰਗੀ ਫਾਰਮੇਸ਼ਨ ਨਹੀਂ ਹੋ ਪਾਰੀ ਉਹ ਬਿਕੋਜ਼ ਸਾਡੀ ਇਨਟੇਕ ਜਿਹੜੀ ਫੂਡ ਦੀ ਹੈ ਉਹ ਡਿਸਟਰਬ ਹੈ ਬਿਲਕੁਲ ਸੋ ਜਿਵੇਂ ਕਿ ਤੁਸੀਂ ਵੈਲਨੈਸ ਕੋਚ ਹੋ ਮੈਮ ਹੈ ਨਾ ਆਦਤਾਂ ਕਹਿੰਦੇ ਆ ਕਿ ਇੱਕ ਆਪਾਂ ਕਹਿ ਸਕਦੇ ਐ ਏਕਸਕਿਊਜ਼ ਹੁੰਦਾ ਹੈ ਨਾ ਕਿ ਆ ਆਦਤਾਂ ਛੁੱਟ ਨਹੀਂ ਰਹੀ ਇਹ ਹੌਲੀ ਹੌਲੀ ਛੁੱਟੂਗੀ ਜਾਂ ਫਿਰ ਉਸ ਨੂੰ ਡਿਲੇ ਕਰਦੇ ਰਹਿੰਦੇ ਆ ਕਿ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਤੋਂ ਆਪਾਂ ਉਹ ਕੰਮ ਸ਼ੁਰੂ ਕਰਾਂਗੇ ਕੱਲ ਤੋਂ ਨਹੀਂ ਤਾਂ ਪਰਸੋਂ ਸ਼ੁਰੂ ਕਰਾਂਗੇ ਆਦਤਾਂ ਨੂੰ ਆਸਾਨੀ ਦੇ ਨਾਲ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਸੁਧਾਰਿਆ ਜਾ ਸਕਦਾ ਹੈ ਦੇਖੀ ਆਦਤਾਂ ਨੂੰ ਜੇ ਸਮਝਣ ਦੀ ਕੋਸ਼ਿਸ਼ ਅਗਰ ਦੀ ਡਿਫੀਨੇਸ਼ਨ ਚ ਜਾਈਏ ਆਦਤਾਂ ਇੱਕ ਪੈਟਰਨ ਆ ਬਿਲਕੁਲ ਇਹ ਪੈਟਰਨ ਵਾਪਸ ਬਾਰ-ਬਾਰ ਆਂਦਾ ਹੈ ਜੇ ਤੁਸੀਂ ਇੱਕ ਪੈਟਰਨ 'ਚ ਚਲੇ ਗਏ ਹੋ ਤਾਂ ਦੂਸਰੇ ਪੈਟਰਨ 'ਚ ਜਾਣਾ ਕਿਉਂਕਿ ਨਿਊਰੋਨ ਸਾਡੇ ਉਸ ਪੈਟਰਨ ਨੂੰ ਅਡਾਪਟ ਨਹੀਂ ਕਰ ਪਾਰੇ ਕਿਉਂਕਿ ਜਿੰਨੀ ਦੇ ਤੁਸੀਂ ਪ੍ਰੈਕਟਿਸ ਸੇਮ ਕਰਦੇ ਰਹੇ ਤਾਂ ਤੁਹਾਨੂੰ ਉਸ ਨੂੰ ਰਿਵਰਸ ਕਰਨ ਵਾਸਤੇ ਦੂਸਰੀ ਪ੍ਰੈਕਟਿਸ ਬਹੁਤ ਜ਼ਿਆਦਾ ਸਟਰੋਂਗ ਕਰਨੀ ਪੈਣੀ ਆ ਤੇ ਅਸੀਂ ਇਸ ਕਨਸੈਪਟ ਵਿੱਚ by 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 66 ਡੇਸ ਦਾ ਕਨਸੈਪਟ ਲੈ ਕੇ ਚੱਲਦੇ ਆ ਤਾਂ ਸਾਡਾ ਉਦੇ ਵਿੱਚ ਇੱਕ ਵੈਲਨੈਸ ਸੈਂਟਰ ਹੈ ਜੋ ਹੈਲਪ ਕਰਦਾ ਹੈ ਕਿ 66 ਡੇਸ ਇ ਤੁਸੀਂ ਆਪਣੀ ਹੈਬਿਟਸ ਨੂੰ ਕਿਦਾਂ ਰਿਫਾਰਮ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਮੋਟੀਵੇਸ਼ਨ ਕਈ ਵਾਰ ਹਾਈ ਹੁੰਦਾ ਤੇ ਬਹੁਤ ਜ਼ਿਆਦਾ ਲੋ ਹੋ ਜਾਂਦਾ ਜੇ ਅਸੀਂ ਇੱਕ ਦਿਨ ਨੂੰ ਬ੍ਰੇਕ ਪਾ ਦਿੰਦੇ ਆ ਦੂਸਰੇ ਦਿਨ ਵੀ ਬ੍ਰੇਕ ਪਾ ਦਿੰਦੇ ਤੀਸਰੇ ਦਿਨ ਵੀ ਬ੍ਰੇਕ ਪਾ ਦਿੰਦੇ ਆ ਉਹਦੇ ਵਿੱਚ ਜਿਹੜੇ ਸਾਡੇ ਸੈਲ ਦੀ ਪੈਟਰਨ ਹੈ ਉਹ ਚੇਂਜ ਨਹੀਂ ਹੋ ਪਾਏਗੀ ਤੇ ਇਹਦੇ ਵਾਸਤੇ ਇੱਕ ਬਹੁਤ ਸਸਾ ਸੀ ਕਹੀਏ ਨਾ ਜਿੱਦਾਂ ਕਹਿੰਦੇ ਕਿ ਸਾਨੂੰ ਹਰ ਜਗ੍ਹਾ ਤੇ ਇੱਕ ਗਾਈਡ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਪੈਟਰਨ ਨੂੰ ਚੇਂਜ ਕਰਨ ਵਾਸਤੇ ਹੈਬਿਟ ਨੂੰ ਚੇਂਜ ਕਰਨ ਵਾਸਤੇ ਸਾਨੂੰ ਮੈਂਟਰਸ਼ਿਪ ਦੀ ਬਹੁਤ ਜ਼ਿਆਦਾ ਲੋੜ ਹੈ ਛੋਟੇ ਛੋਟੇ ਬੱਚਿਆਂ ਤੋਂ ਵੀ ਦੇਖਦੇ ਆ ਕਿ ਡਾਇਬੀਟਿਸ ਵੀ ਹੋਣਾ ਸ਼ੁਰੂ ਹੋ ਜਾਂਦਾ ਓਵਰ weight ਵੀ ਔਰ ਥਾਇਰੋਇਡ ਦੀ ਪ੍ਰੋਬਲਮ ਕਿਹਾ ਜਾਂਦਾ ਹੈ ਕਿ ਲਾਈਫਟਾਈਮ ਪ੍ਰੋਬਲਮ ਹੈਗੀ ਹੈ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੋ ਅਗਰ ਆਦਤਾਂ ਦੇ ਵਿੱਚ ਸੁਧਾਰ ਹੁੰਦਾ ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਸਮੇਂ ਦੇ ਨਾਲ ਬਿਲਕੁਲ ਮੈਮ ਇਹ ਜਿਹੜੀਆਂ ਡਿਸੀਜ਼ ਅਸੀਂ ਨਾਮ ਲਿੱਤਾ ਜਿਹਦੇ ਵਿੱਚ ਅਸੀਂ ਡਾਇਬੀਟਿਸ ਥਾਇਰੋਇਡ ਬੀਪੀ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਸਟਾਰਟ ਹੁੰਦੀਆਂ ਆ ਬੇਸਿਕਲੀ ਇਹ ਸਾਡੀਆਂ ਲਾਈਫਸਟਾਈਲ ਡਿਸੀਜ਼ ਹੈਗੀਆਂ ਜਿਹੜੀ ਲਾਈਫਸਟਾਈਲ ਕਰੈਕਟ ਕਰਨ ਨਾਲ ਠੀਕ ਹੋ ਸਕਦੀਆਂ ਜਿਦੇ ਵਿੱਚ ਤੁਹਾਡਾ ਡਾਈਟ ਦਾ ਬਹੁਤ ਵੱਡਾ ਰੋਲ ਆ ਜੇ ਅਸੀਂ ਡਾਈਟ ਦੇ ਵਿੱਚ ਹੀ ਕੁਝ ਚੇਂਜਸ ਕਰ ਦਈਏ ਆਪਣਾ ਐਕਸਰਸਾਈਜ਼ ਪੈਟਰਨ ਨੂੰ ਚੇਂਜ ਕਰੀਏ ਤੇ ਅਸੀਂ ਓਬੀਸੀਟੀ ਵਰਗੀ ਪ੍ਰੋਬਲਮ ਤੋਂ ਫੁਟਕਾਰਾ ਪਾ ਸਕਦੇ ਆ ਤੁਸੀਂ ਮੇਜਰਲੀ ਦੇਖਿਆ ਹੋਣਾ ਕੋਵਿਡ ਦੇ ਟਾਈਮ ਤੇ ਕਿ ਜੋ ਕੋਵਿਡ ਵਿੱਚ ਜਿਹੜੇ ਪੇਸ਼ੈਂਟਸ ਨਹੀਂ ਸਰਵਾਈਵ ਕੀਤੇ ਉਹ ਮੋਸਟਲੀ ਜਿਹੜੇ ਉਹ ਸੀਗੇ ਜਿਨ੍ਹਾਂ ਨੂੰ ਆਲਰੇਡੀ ਬਿਮਾਰੀ ਸੀਗੀ ਜਿਦਾ ਅਸਥਮਾ ਸੀ ਗਿਆ ਜਾਂ ਡਾਇਬੀਟੀਜ਼ ਸੀਗੀ ਜਾਂ ਫਿਰ ਉਹ ਜ਼ਿਆਦਾ ਓਵਰ weight ਸੀਗੇ ਤੇ ਸਾਨੂੰ ਇਸ ਗੱਲ ਤੇ ਇਹਨੂੰ ਸਮਝਣਾ ਪਵੇਗਾ ਸਾਡੇ ਪੂਰੀ ਸਮਾਜ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਉਹ ਆਪਣੀ ਓਬੀਸਿਟੀ ਤੋਂ ਛੁਟਕਾਰਾ ਪਾਣ ਬਿਕੋਜ਼ ਓਬੀਸਿਟੀ ਦੇ ਵਿੱਚ ਦਾ ਮੈਟਾਬੋਲਿਕ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਡਿਸਟਰਬ ਹੁੰਦਾ ਹੈ ਜਿਉ ਉਹ ਤੁਹਾਡੀ ਇਮਿਊਨ ਸਿਸਟਮ ਨੂੰ ਡਿਸਟਰਬ ਕਰਦਾ ਥਾਇਰੋਇਡ ਇਸ ਬੇਸਿਕਲੀ ਉਹ ਬਿਮਾਰੀ ਹੈ ਜਿਹੜਾ ਤੁਹਾਡਾ ਇਮਿਊਨਿਟੀ ਨੂੰ ਖਰਾਬ ਕਰਦਾ ਹੈ ਉਹ ਤੁਹਾਡੀ ਕਪੈਸਿਟੀ ਨੂੰ ਧੀਰੇ ਧੀਰੇ ਕੱਟ ਕਰਦਾ ਹੈ ਇਹ ਇਹਨਾਂ ਚੀਜ਼ਾਂ ਨਾਲ ਰਿਲੇਟਡ ਮੈਂ ਨੂੰ ਕਹਿ ਸਕਦੀ ਹਾਂ ਜਿੱਦਾਂ ਕਿ ਆਦਤਾਂ ਹੋ ਗਈਆਂ ਦੂਸਰਾ ਤੁਹਾਡਾ ਮੈਂਟਲ ਲੈਵਲ ਕਿਸ ਲੈਵਲ ਤੇ ਚੱਲ ਰਿਹਾ ਜੇ ਤੁਸੀਂ ਸਟ्रेस ਵਿੱਚ ਹੈਗੇ ਹੋ ਤੁਸੀਂ ਅੱਛੀ ਡਾਈਟ ਵੀ ਲੈ ਰਹੇ ਹੋ ਪਲਾਨ ਡਾਈਟ ਵੀ ਲੈ ਰਹੇ ਹੋ ਬਟ ਤੁਸੀਂ ਜੇ ਸਟ्रेस ਲੈਵਲ ਵਿੱਚ ਹੈਗੇ ਆ ਤੁਹਾਡੀ ਡਾਈਟ ਵੀ ਉਹਨਾ ਇਫੈਕਟਿਵ ਕੰਮ ਨਹੀਂ ਕਰਦੀ ਬਿਕਾਜ਼ ਜਿਹੜੇ ਹਾਰਮੋਨਸ ਹੈ ਜਿਹੜੇ ਡਾਈਜੈਸ਼ਨ ਨੂੰ ਹੈਲਪ ਕਰਦੇ ਆ ਗਟ ਸਾਡਾ ਜਿਹੜਾ ਵੀਕ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਇੰਪੋਰਟੈਂਟ ਹੈ ਜਾਣਨਾ ਕਿ ਆਦਤਾਂ ਸਹੀ ਕਰਨ ਨਾਲ ਆਦਤਾਂ ਦਾ ਮਤਲਬ ਇਹ ਹੈ ਕਿ ਤੁਸੀਂ ਸਵੇਰੇ ਉੱਠ ਕੇ ਆਪਣਾ ਕਿਸ ਤਰ੍ਹਾਂ ਦਾ ਰੂਟੀਨ ਅਡਾਪਟ ਕਰਦੇ ਆ ਖਾਣ ਨੂੰ ਲੇਟ ਤੇ ਨਹੀਂ ਕਰਦੇ ਬਹੁਤ ਜ਼ਿਆਦਾ ਡਿਲੇ ਤੇ ਨਹੀਂ ਕਰਦੇ ਜਾਂ ਬਹੁਤ ਓਵਰ EATING ਤੇ ਨਹੀਂ ਕਰਦੇ ਜੇ ਓਵਰ EATING ਨਹੀਂ ਕਰਦੇ ਬਹੁਤ ਘੱਟ ਤੇ ਨਹੀਂ ਖਾਰੇ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਸਲਿਮ ਰਹਿਣ ਦਾ ਵੀ ਰਿਵਾਜ ਹੋ ਗਿਆ ਜੇ ਸਲਿਮ ਰਹਿੰਦੇ ਆ ਤੇ ਸਾਡਾ ਗੱਟ ਵੀ ਡਿਸਟਰਬ ਹੁੰਦਾ ਤੇ ਗੱਟ ਨਾਲ ਅਸੀਂ ਕਹਿੰਦੇ ਨਾ ਗੱਟ ਫੀਲਿੰਗ ਬਹੁਤ ਸਟਰੋਂਗ ਹੈ ਜੇ ਗਾਟੀ ਵੀਕ ਹੋ ਗਿਆ ਤੇ ਫੀਲਿੰਗ ਕਿਦਾਂ ਦੀ ਰਹੂਗੀ ਉਹ ਲੋਅ ਰਹਿਣੀ ਸ਼ੁਰੂ ਹੋ ਜਾਊਗੀ ਉਹ ਡਿਸਟਰਬ ਹੋਣੀ ਸ਼ੁਰੂ ਹੋ ਜਾਏਗੀ ਤੇ ਗੱਟ ਇਸ ਅ ਵੈਰੀ ਇੰਪੋਰਟੈਂਟ ਥਿੰਗ ਔਰ ਗੱਟ ਦੇ ਵਿੱਚ ਤੁਹਾਨੂੰ ਬਹੁਤ ਪ੍ਰੋਬਲਮਸ ਤਾਂ ਆਉਂਦੀਆਂ ਜਾਂ ਤੁਸੀਂ ਇਹਦੇ ਵਿੱਚ ਇਨਟੇਕ ਗਲਤ ਕਰਦੇ ਆ ਤੁਹਾਡਾ ਜੇ ਸਟਮਕ ਦੇ ਵਿੱਚ ਪ੍ਰੋਬਲਮ ਤਦ ਹੀ ਆਉਂਦੀ ਜਦ ਤੁਸੀਂ ਐਸਿਡਿਕ ਫੂਡ ਲੈਂਦੇ ਆ ਐਸਿਡਿਕ ਫੂਡ ਵਿੱਚ ਅਸੀਂ ਕਿ ਕਿਨੂੰ ਅਸੀਂ ਐਸਿਡਿਕ ਫੂਡ ਕਹਿੰਦੇ ਆ ਜਿੱਦਾਂ ਕਿ ਜੰਕ ਫੂਡ ਠੀਕ ਜੰਕ ਦਾ ਮਤਲਬ ਕੀ ਹੁੰਦਾ ਕਚਰਾ ਕਚਰਾ ਜੇ ਕਚਰਾ ਹੈ ਤਾਂ ਉਹ ਕਿੱਥੇ ਜਾਣਾ ਚਾਹੀਦਾ ਡਸਟਬਿਨ ਦੇ ਵਿੱਚ ਡਸਟਬਿਨ ਵਿੱਚ ਜਾਣਾ ਪਰ ਅਸੀਂ ਆਪਣੇ ਡਸਟਬਿਨ ਕਿਹੜਾ ਬਣਾਤਾ ਪੇਟ ਨੂੰ ਬਣਾ ਪੇਟ ਨੂੰ ਹੀ ਡਸਟਬਿਨ ਬਣਾਤਾ ਤੇ ਜੰਕ ਫੂਡ ਅਸੀਂ ਅਵਾਈਡ ਨਹੀਂ ਕਰ ਰਹੇ ਜਦ ਕਿ ਸਾਨੂੰ ਬਾਰ ਬਾਰ ਕਿਹਾ ਜਾ ਰਿਹਾ ਕਿ ਜੰਕ ਫੂਡ ਨਾ ਖਾਓ ਪਰ ਆਦਤ ਇਦਾਂ ਦੀ ਹੈ ਕਿ ਜਿੱਦੇ ਸਾਡੇ ਸਾਹਮਣੇ ਇੱਕ ਐਡ ਆਂਦੀ ਆ ਮੈਕਡੋਨਲਡਸ ਦੀ ਐਡ ਆਂਦੀ ਆ ਜਾਂ ਪੀਜ਼ਾ ਦੀ ਆਂਦੀ ਆ ਉਹ ਲذیذ ਜਾਂ ਉਹਨਾਂ ਦੇ ਸਲਾਈਸ ਖਾ ਰਹੇ ਹੁੰਦੇ ਆ ਤੁਹਾਡੀ ਸਲਾਈਵੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਸਲਾਈਵੇਸ਼ਨ ਇਜ਼ ਵਾਟ ਜੇ ਅਸੀਂ ਪਹਿਲਾਂ ਟੇਸਟ ਕੀਤਾ ਹੋਇਆ ਇਸ ਕਰਕੇ ਸਾਡੇ ਮੂੰਹ ਚ ਪਾਣੀ ਆ ਗਿਆ ਜਿੱਦਾਂ ਪਾਣੀ ਆਉਂਦਾ ਸਾਡਾ ਦਿਮਾਗ ਕਹਿੰਦਾ ਨਹੀਂ ਨਹੀਂ ਹੁਣੇ ਪੇਟ ਚ ਜਾਣਾ ਚਾਹੀਦਾ ਸੋ ਸਲਾਈਵੇਸ਼ਨ ਦੇ ਉੱਪਰ ਜੇ ਮੈਂ ਤੁਹਾਨੂੰ ਇੱਕ ਗੱਲ ਕਰਾਂ ਤੇ ਇੱਕ 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 ਇਦਾਂ ਦੀ ਰਿਸਰਚ ਹੋਈ ਡਾਕ ਰਿਸਰਚ ਜਿਦੇ ਵਿੱਚ ਸਲਾਈਵੇਸ਼ਨ ਦੇ ਉੱਤੇ ਗੱਲ ਕੀਤੀ ਟ੍ਰਿਗਰ ਪੁਆਇੰਟ ਹੁੰਦਾ ਸਾਡਾ ਜਿਹਨੂੰ ਅਸੀਂ ਐਂਕਰ ਪੁਆਇੰਟ ਕਹਿੰਦੇ ਆ ਜੇ ਤੁਸੀਂ ਹੁਣੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਨਿੰਬੂ ਦੀ ਫੀਲਿੰਗ ਲਓ ਨਿੰਬੂ ਤੁਸੀਂ ਟੇਸਟ ਕਰੋ ਤੁਹਾਡੇ ਸਾਹਮਣੇ ਨਿੰਬੂ ਆਰ ਮੂੰਹ ਦੇ ਵਿੱਚ ਨਿੰਬੂ ਆ ਤੇ ਤੁਹਾਡੇ ਮੂੰਹ 'ਚ ਹੁਣੇ ਸਲਾਈਵੇਸ਼ਨ ਹੋ ਗਈ ਹੋਣੀ ਜਨ ਲਗੀ ਤੁਹਾਡੇ ਅੰਦਰ ਟੇਸਟ ਆ ਗਿਆ ਤੇ ਯਾਨੀ ਉਹ ਟ੍ਰਿਗਰ ਪੁਆਇੰਟ ਸਾਡਾ ਟੇਸਟ ਦੇ ਨਾਲ ਰਿਲੇਟ ਹੋ ਜਾਂਦਾ ਤੇ ਅਸੀਂ ਹੋ ਸਕਦਾ ਨਿੰਬੂ ਪਾਣੀ ਪੀ ਲਈਏ ਜੇ ਮੈਂ ਹੁਣ ਤੁਹਾਨੂੰ ਗਵਾ ਕਿ ਤੁਸੀਂ ਕਾਫੀ ਦਾ ਟੇਸਟ ਫੀਲ ਕਰੋ ਤੇ ਤੁਹਾਡੇ ਸਲਾਈਵੇਸ਼ਨ ਹੋਣੀ ਸ਼ੁਰੂ ਹੋ ਜਾਏਗੀ ਕਿ ਹਾਂ ਹੁਣੇ ਕਾਫੀ ਟੇਸਟ ਕਰੋ ਹੁਣੇ ਆ ਜਾਏ ਮੇਰੇ ਕੋਲ ਇਦਾਂ ਹੀ ਪੀਜ਼ਾ ਹੁਣੇ ਆ ਜਾਏ ਕਿਉਂਕਿ ਉਹ ਪਹਿਲਾਂ ਵੀ ਟੇਸਟ ਕੀਤੀਆਂ ਹੁੰਦੀ ਆਪਾਂ ਜੀ ਸਾਡਾ ਉਹਦੇ ਨਾਲ ਹੈਪੀਨੈਸ ਲਿੰਕ ਕਰਤੀ ਅਸੀਂ ਉਹਦੇ ਨਾਲ ਅਸੀਂ ਜੰਗ ਫੂਡ ਦੇ ਨਾਲ ਹੈਪੀਨੈਸ ਲਿੰਕ ਕਰਤੀ ਤੇ ਘਰ ਦੇ ਦੇ ਫੂਡ ਨਾਲ ਸੀ ਸアドਨੈਸ ਫੀਲਿੰਗ ਕਰਤੀ ਕਿ ਅਸੀਂ ਤੇ ਅਸੀਂ ਤੇ ਕਾ ਫੂ ਖਾ ਰਹੇ ਹਾਂ ਬੋਰਿੰਗ ਫੂਡ ਖਾ ਰਹੇ ਹਾਂ ਬਿਕੋਜ਼ ਅਸੀਂ ਆਪਣੇ ਆਪ ਨੂੰ ਥਾਟਸ ਇਦਾਂ ਦੇ ਦਿੱਤੇ ਇਸ ਕਰਕੇ ਸਾਡੀਆਂ ਆਤਾਂ ਵੀ ਉਸੇ ਤਰ੍ਹਾਂ ਅਡਜਸਟ ਹੋ ਗਈਆਂ ਤੇ ਸਾਡਾ ਥਾਇਰੋਇਡ ਦੀ ਪ੍ਰੋਬਲਮ ਜਿਹੇ ਅਸੀਂ ਡਿਸਕਸ ਕੀ ਲਈਏ ਤੇ ਆਪਣਾ ਥਾਇਰੋਇਡ ਦੇ ਜਿਹੜਾ ਗਲੈਂਡ ਹੁੰਦਾ ਹੈਗਾ ਉਹ ਸਾਡਾ ਵੀਕ ਹੋਣਾ ਉਹ ਸਾਡਾ ਡਿਸਟਰਬ ਹੋ ਚੁੱਕਾ ਹੁੰਦਾ ਜਿਹਦੇ ਵਿੱਚੋਂ ਹਾਰਮones ਰਿਲੀਜ਼ ਹੋਣਾ ਸ਼ੁਰੂ ਹੁੰਦੇ ਆ ਜਿਹੜੇ ਕਿ ਇਮਿਊਨਿਟੀ ਨੂੰ ਬੈਲੈਂਸ ਕਰਦੇ ਆ ਬਟ ਅਸੀਂ ਥੈਰੇਪੀਸ ਦੇ ਅਕੋਰਡਿੰਗ ਥੈਰੇਪੀਸ ਕਰਕੇ ਆਤਾਂ ਦੇ ਪੈਟਰਨ ਨੂੰ ਚੇਂਜ ਕਰ ਸਕਦੇ ਆ ਆਪਣੀ ਜਿਹੜੀ ਸਲਾਈਵੇਸ਼ਨ ਹੈ ਉਹਨੂੰ ਕੰਟਰੋਲ ਕਰ ਸਕਦੇ ਆ ਕੰਟਰੋਲ ਇਸ ਵੈਰੀ ਇੰਪੋਰਟੈਂਟ ਤੇ ਉਹ ਆਂ ਦਾ ਮਾਈਂਡ ਦੇ ਨਾਲ ਤੇ ਨਿਊਰੋ ਲਿੰਗੁਇਸਟਿਕ ਪ੍ਰੋਗਰਾਮ ਥੈਟ ਇਸ ਗੋਇੰਗ ਟੂ ਹੈਲਪ ਐਵਰੀਬਾਡੀ ਉਹ ਹਰ ਇੱਕ ਇਨਸਾਨ ਚਾਹੇ ਉਹ ਛੋਟਾ ਬੱਚਾ ਹੈ 10 ਸਾਲ ਦਾ ਜਾਂ ਬੜਾ ਬਜ਼ੁਰਗ ਹੈ ਉਹ ਆਪਣੀ ਇਸ ਆਦਤਾਂ ਤੋਂ ਬਚ ਸਕਦਾ ਤੇ ਅੱਛੀ ਆਦਤਾਂ ਵੀ ਜਾ ਸਕਦਾ ਬਿਲਕੁਲ ਸੋ ਇਦਾਂ ਦੀਆਂ ਜਦੋਂ ਵੀ ਕੋਈ ਪ੍ਰੋਬਲਮਸ ਹੁੰਦੀਆਂ ਤਾਂ ਆਪਾਂ ਇੱਕਦਮ ਡਾਕਟਰਸ ਕੋਲ ਜਾਂਦੇ ਆ ਹਨਾ ਡਾਕਟਰਸ ਦੇ ਵੱਲੋਂ ਕੀ ਹੈ ਕਿ ਉਹ ਹੀ ਦੋ ਚਾਰ ਦਵਾਈਆਂ ਲਿਖ ਕੇ ਦੇ ਦਿੱਤੀਆਂ ਜਾਂਦੀਆਂ ਉਹ ਦਵਾਈਆਂ ਆਪਾਂ ਕੰਟੀਨਿਊ ਕਰਦੇ ਆ ਥੋੜੇ ਟਾਈਮ ਦੇ ਲਈ ਫਰਕ ਪੈਂਦਾ ਦੁਬਾਰਾ ਤੋਂ ਫੇਰ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਆਦਤਾਂ ਦੇ ਕਾਰਨ ਹੀ ਉਹ ਪ੍ਰੋਬਲਮ ਹੋ ਰਹੀ ਹੈ ਸੋ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਡਾਕਟਰਸ ਦੇ ਵੱਲੋਂ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਸੁਜੈਸਟ ਕਰਨਾ ਚਾਹੀਦਾ ਹੈ ਤਾਂ ਮੈਨੂੰ ਲੱਗਦਾ ਅੱਧ ਤੋਂ ਵੱਧ ਦੁਨੀਆ ਦੀਆਂ ਬਿਮਾਰੀਆਂ ਇਦਾਂ ਹੀ ਖਤਮ ਹੋ ਸਕਦੀਆਂ ਬਿਲਕੁਲ ਹੋ ਸਕਦੀ ਹੈ ਜੇ ਅਸੀਂ ਡਾਕਟਰ ਨੇ ਦੇਖੀਏਗਾ ਤੁਸੀਂ ਜਾਈਏ ਤੇ ਡਾਕਟਰ ਕਦੀ ਵੀ ਡਾਇਬਟੀਜ਼ ਦੀ ਦਵਾਈ ਲਿਖਦੇ ਟਾਈਮ ਉਹ ਇਹ ਕਹੇਗਾ ਕਿ ਤੁਸੀਂ ਆਪਣੇ ਖਾਣ ਪੀਣ ਦੀ ਆਦਤ ਨੂੰ ਠੀਕ ਕਰਿਓ ਤੁਸੀਂ ਸੈਰ ਕਰਿਓ ਬਟ ਉਹ ਸਾਡੇ ਤੋਂ ਹੋ ਨਹੀਂ ਪੰਦੀ ਕਿਉਂਕਿ ਸਾਨੂੰ ਫਿਰ ਉਹੀ ਇੱਕ ਸੁਸਾਇਟੀ ਵਿੱਚ ਰਹਿਣ ਦੀ ਆਦਤ ਹੈ ਅਸੀਂ ਜਦ ਅਸੀਂ ਸਾਡਾ ਬਿਹੇਵੀਅਰ ਜਿਆਦਾ ਤੋਂ ਜਿਆਦਾ ਸੁਸਾਇਟੀ ਦੇ ਬਿਹੇਵੀਅਰ ਦੇ ਨਾਲ ਇੰਪੈਕਟ ਕਰਦਾ ਜੇ ਮੈਂ ਕਹਾਂ ਕਿ 10 ਲੋਕ ਜੇ ਤੁਸੀਂ ਆਪਣੇ ਘਰ ਚ ਮਠਾਈ ਲੈ ਕੇ ਆਏ ਤੇ ਜਿਹੜਾ ਡਾਇਬੀਟਿਕ ਪਰਸਨ ਹੋ ਉਹ ਕੀ ਕਰੂਗਾ ਮਠਾਈ ਖਾਊਗਾ ਹੀ ਤੇ ਸਾਨੂੰ ਇਹ এনवायरमेंट ਕ੍ਰੀਏਟ ਕਰਨਾ ਪਏਗਾ ਜਿਹਦੇ ਵਿੱਚ ਸਾਡਾ ਵੈਲਨੈਸ ਸੈਂਟਰ ਜਿਹੜਾ ਹੈਗਾ ਮਿਸਟਿਕ ਵੈਲਨੈਸ ਕਲੱਬ ਉਹ ਹੈਲਪ ਕਰਦਾ ਹੈ ਕਿ ਤੁਸੀਂ ਇੱਕ ਸੋਸਾਇਟੀ ਇਦਾਂ ਦੀ ਬਿਲਡ ਕਰੋ ਜਿਹੜੀ ਕਿ ਗੱਲ ਕਰੇ ਅਬਾਊਟ ਹੈਲਦੀ ਈਟਿੰਗ ਹੈਲਦੀ ਈਟਿੰਗ ਬਾਰੇ ਗੱਲ ਕਰੇ ਅੱਛੇ ਲਾਈਫ ਸਟਾਈਲ ਦੀ ਗੱਲ ਕਰੇ ਜਦ ਇਦਾਂ ਦੀ ਕਮਿਊਨਿਟੀ ਡਿਵੈਲਪ ਹੋਏਗੀ ਤਾਂ ਡਾਕਟਰ ਦੇ ਉੱਤੇ ਪ੍ਰੈਸ਼ਰ ਘੱਟ ਹੋ ਜਾਏਗਾ ਬਿਲਕੁਲ ਹੁਣ ਤੇ ਜੀ ਬੜਾ ਮੈਨੂੰ ਸੁਣ ਕੇ ਅਜੀਬ ਲੱਗਦਾ ਜਦ ਲੋਕੀ ਕਹਿੰਦੇ ਅੱਛਾ ਤੁਹਾਨੂੰ ਡਾਇਬੀਟਿਸ ਹੈ ਹਾਂ ਮੈਨੂੰ ਵੀ ਹੈਗੀ ਇਹ ਇੱਕ ਇਹ ਸਟੇਟਸ ਸਿੰਬਲ ਬਣ ਗਿਆ ਬਿਲਕੁਲ ਅੱਛਾ ਜੇ ਅੱਜ ਤੁਸੀਂ ਕਹੋ ਨਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਲੋਕਾਂ ਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਇਹ ਸਾਡੇ ਸਾਡੀ ਕੈਟਾਗਰੀ ਚ ਨਹੀਂ ਹੈਗਾ ਤੇ ਇਹਨੂੰ ਸਾਈਡ ਤੇ ਰੱਖੋ ਜੇ ਤੁਹਾਨੂੰ ਡਾਇਬੀਟਿਸ ਹੈਗੀ ਤੇ ਉੱਥੇ ਪੁੱਛਿਆ ਜਾਂਦਾ ਕਿਹੜੇ ਲੈਵਲ ਦੀ ਹੈ ਕਿੰਨੀ ਇਨਸੂਲਿਨ ਲੈ ਰਹੇ ਆ ਤੇ ਮੈਂ ਇਹ ਸੋਚਦੀ ਆ ਕਿ ਇੰਪੋਰਟੈਂਟ ਕੀ ਸੀਗਾ ਸਾਨੂੰ 300 ਕਰੋੜ ਦੀ ਪ੍ਰੋਪਰਟੀ ਰੱਬ ਨੇ ਦਿੱਤੀ ਜਿਨੇ ਸਾਇੰਟਿਸਟ ਨੇ ਕਿਹਾ ਕਿ ਇਹ 300 ਕਰੋੜ ਦੀ ਤੁਹਾਨੂੰ ਬੋਡੀ ਦੀ ਕੀਮਤ ਲਾਈ ਗਈ ਤੇ ਉਹਦੇ ਵਿੱਚ ਅਸੀਂ ਇਸ 300 ਕਰੋੜ ਦੀ ਪ੍ਰੋਪਰਟੀ ਨੂੰ ਸੰਭਾਲ ਹੀ ਨਹੀਂ ਸਕੇ ਆਪਣਾ ਪਰੀਏਜਿੰਗ ਚ ਚਲੇਗੇ बिकॉज ਆਰਤਾ ਨਾਲ ਕੀ ਆਉਂਦੀ ਹੈ ਪ੍ਰੀਏਜਿੰਗ ਆਉਂਦੀ ਹੈ ਜੇ ਮੈਂ ਲੋਕਾਂ ਦਾ ਹੁਣ ਸ਼ੁਰੂ ਕਰਾਂ ਦੇਖਣਾ ਤੇ ਉਹਨਾਂ ਦਾ ਸਟੈਮੀਨਾ ਚੈੱਕ ਕਰੀਏ ਤੇ ਬਹੁਤ ਸਾਰੇ ਯੰਗਸਟਰ ਜਿਹੜੇ ਹੈਗੇ ਆ ਉਹ ਨਹੀਂ ਚੱਲ ਪਾਂਦੇ 5 ਕਿਲੋਮੀਟਰ ਵੀ ਨਹੀਂ ਚੱਲ ਪਾਂਦੇ ਉਹ ਕੀ ਹੈ ਬੇਸਿਕਲੀ ਤੁਸੀਂ ਪ੍ਰੀਏਜਿੰਗ ਚ ਚਲੇਗੇ ਪ੍ਰੀਏਜਿੰਗ ਚ ਜਾਣ ਵਾਸਤੇ ਸਾਨੂੰ ਆਪਣੇ ਐਨਜ਼ਾਈਮਸ ਦੇ ਉੱਤੇ ਬਹੁਤ ਧਿਆਨ ਦੇਣਾ ਪਵੇਗਾ ਐਨਜ਼ਾਈਮਸ ਜਿਹੜੀ ਹੈਲਥ ਹੈ ਲਾਈਫ ਹੈ ਉਹਨੂੰ ਵਧਾਣਾ ਸਾਡੇ ਉਤੇ ਡਿਪੈਂਡ ਕਰਦਾ ਪ੍ਰੀਏਜਿੰਗ ਟੈਲੀਮਰ ਕਰਕੇ ਇੱਕ ਐਨਜ਼ਾਈਮ ਹੈ ਜਿਹੜਾ ਪ੍ਰੀਏਜਿੰਗ ਵਿੱਚ ਅਗਰ ਜੇ ਲੰਥ ਕੱਟ ਜਾਏ ਤੇ ਪ੍ਰੀਏਜਿੰਗ ਬਹੁਤ ਫਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਸਭ ਕੁਝ ਕੀ ਹੈ ਕਿ ਜੰਗ ਫੂਡ ਇਜ਼ ਦਾ ਰੀਜ਼ਨ ਆਦਤਾਂ ਹੀ ਰੀਜ਼ਨ ਹੈਗੀਆਂ ਸਾਨੂੰ ਬਹੁਤ ਜਲਦੀ ਸਮਝਣ ਦੀ ਲੋੜ ਹੈ ਕਿ ਪੋਲਿਊਸ਼ਨ ਜਿੰਨਾ ਵੱਧ ਰਿਹਾ ਉਹ ਨਹੀਂ ਸਾਡੀ ਹੈਲਥ ਤੇ ਇੰਪੈਕਟ ਵੀ ਪਾ ਰਿਹਾ ਪੋਲਿਊਸ਼ਨ ਵੀ ਤੇ ਆਦਤਾਂ ਦਾ ਹੀ ਮੈਂ ਕਹਿੰਦੀ ਆ ਉਹੀ ਹੈ ਆਦਤਾਂ ਹੀ ਕਾਰਨ ਹੀ ਹੋ ਰਿਹਾ ਹੈ ਬਿਲਕੁਲ ਸੋ ਅਗਰ ਗੱਲ ਕਰੀਏ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਔਰ ਇਸ ਦੇ ਨਾਲ ਹੀ ਅਗਰ ਐਨ ਐਲ ਪੀ ਦੀ ਐਨ ਐਲ ਪੀ ਦੇ ਬਾਰੇ ਆਪਾਂ ਗੱਲ ਕਰੀਏ ਮੈਮ ਹਨਾ ਤਾਂ ਬਹੁਤ ਘੱਟ ਲੋਕਾਂ ਨੂੰ ਇਸ ਦੇ ਬਾਰੇ ਪਤਾ ਹੈ ਸੋ ਇਸੇ ਕਾਰਨ ਉਹ ਇਸ ਚੀਜ਼ ਦੇ ਨਾਲ ਜੁੜੀ ਨਹੀਂ ਪਾ ਰਹੇ ਸੋ ਮੈਂ ਚਾਹੂੰਗੀ ਕਿ ਉਸ ਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਐਕਸਪਲੇਨ ਜ਼ਰੂਰ ਕਰੋ ਤਾਂ ਕਿ ਲੋਕ ਇਸ ਚੀਜ਼ ਦੇ ਵੱਲ ਵੀ ਆਉਣਾ ਸ਼ੁਰੂ ਹੋਣ ਬੇਸਿਕਲੀ ਜੇ ਮੈਂ ਗੱਲ ਕਰਾਂ ਸਭ ਨੂੰ ਸਭ ਕੁਝ ਪਤਾ ਹੈ ਜੀ ਅੱਜਕੱਲ੍ਹ ਗਿਆਨੀ ਸਾਰ ਕੋਈ ਗਿਆਨੀ ਹੈ ਅਤੇ ਬਾਰ ਕੀ ਹੈ ਐਕਸ਼ਨ oriented ਨਹੀਂ ਹੈਗੇ ਲੋ ਐਕਸ਼ਨ oriented ਡੂਅਰਸ ਨਹੀਂ ਹੈਗੇ ਸਾਨੂੰ ਪਤਾ ਹੈ ਕਿ ਪੇਲ ਲਾਣੇ ਚਾਹੀਦੇ ਪਰ ਪੇਲ ਨਹੀਂ ਲੱਗ ਰਹੇ ਸਾਨੂੰ ਪਤਾ ਹੈ ਕਿ ਹਾਂ ਅਸੀਂ ਜ਼ਿਆਦਾ પેટ્રોલ ਨਹੀਂ ਫੂਕਣਾ ਪਰ ਹਰ ਇੱਕ ਬੰਦਾ ਇੱਕ ਇੰਡੀਵਿਜੂਅਲ ਕਾਰ ਚ ਜਾ ਰਿਹਾ ਦੂਸਰੇ ਤਾਂ ਐਕਸਪੈਕਟ ਕਰਦੇ ਚਲ ਉਹ ਲਗਾ ਦੂਗਾ ਉਹ ਲਗਾ ਆਪਣੇ ਤੋਂ ਨਹੀਂ ਹੋ ਰਿਹਾ ਤੇ ਇਹ ਰੀਜ਼ਨ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਪ੍ਰੋਗਰਾਮਿੰਗ ਹੈ ਬ੍ਰੇਨ ਦੀ ਜਿਹੜੀ ਹੋ ਚੁੱਕੀ ਹੈ ਸਮਾਜ ਦੇ ਵੱਲੋਂ ਅਸੀਂ ਉਹਨੂੰ ਸੋਸ਼ਲ ਸਿੰਬਲ ਬਣਾ ਲਿਆ ਹੈ ਸਟੇਟਸ ਸਿੰਬਲ ਬਣਾ ਲਿਆ ਕਿ ਜੋ ਬਾਕੀ ਲੋਕ ਕਰ ਰਹੇ ਅਸੀਂ ਵੀ ਉਹੀ ਕਰੀਏ ਜਿਸ ਦੇ ਨਾਲ ਡਿਸਟਰਬੈਂਸ ਮੈਂ ਬਹੁਤ ਦੇਖ ਲੈ ਆ ਗਈ ਹੈ ਫੈਮਲੀਆਂ ਦੇ ਵਿੱਚ ਰਿਲੇਸ਼ਨਸ਼ਿਪ ਖਰਾਬ ਹੋ ਗਿਆ ਆ ਬਜ਼ੁਰਗ ਲੋਕ ਆਈਸੋਲੇਟ ਹੋ ਗਏ ਆ ਯੰਗਸਟਰ ਆਈਸੋਲੇਟਸ ਹੋ ਗਏ ਕੋਈ ਸ਼ੇਅਰਿੰਗ ਚ ਨਹੀਂ ਜਾ ਰਿਹਾ ਜਿਹੜਾ ਕੋਈ ਦੇਖ ਰਿਹਾ ਉਹ ਦੂਸਰੇ ਨੂੰ ਕਰਦਾ ਹੈ ਦੇਖ ਰਿਹਾ ਇਸ ਕਰਕੇ ਅਪਣਾ ਰਿਹਾ ਇੱਥੇ ਹੁਣ ਲੰਦਾ ਐਨਪੀਐਲ ਐਨਐਲਪੀ ਦਾ ਬਹੁਤ ਵੱਡਾ ਰੋਲ ਹੈ ਨਿਊਰੋ ਲਿੰਗੁਇਸਟਿਕ ਪ੍ਰੋਗਰਾਮ ਅਸੀਂ ਜੇ ਗੱਲ ਕਰੀਏ ਤੇ ਇਹ ਬ੍ਰੇਨ ਦੀ ਉਹ ਐਜੂਕੇਸ਼ਨ ਹੈ ਜੋ ਸਾਨੂੰ ਬਚਪਨ ਤੋਂ ਨਹੀਂ ਦਿੱਤੀ ਜਾਂਦੀ ਜੇ ਦਿੱਤੀ ਜਾਵੇ ਤਾਂ ਸਾਡੀਆਂ ਆਦਤਾਂ ਕਦੀਆਂ ਵਿਗੜ ਨਹੀਂ ਨਾ ਅਸੀਂ ਆਪਣੇ ਤੇ ਕੰਟਰੋਲ ਕਰਨਾ ਸਿੱਖ ਜਾਈਏ ਅਸੀਂ ਆਪਣੀ ਆਦਤਾਂ ਨੂੰ ਬਦਲ ਸਕੀਏ ਤੇ ਪੈਟਰਨ ਨੂੰ ਚੇਂਜ ਕਰ ਸਕੀਏ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਹੀ ਠੀਕ ਹੋ ਜਾਣੀਆਂ ਬਿਕੋਜ਼ ਅੱਜ ਕੱਲ ਦੇ ਟਾਈਮ 'ਚ ਮਾਈਂਡਫੁਲਨੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮਾਈਂਡਫੁਲਨੈਸ ਕੀ ਪ੍ਰੈਜ਼ੈਂਟ 'ਚ ਰਹਿਣਾ ਮੋਸਟਲੀ ਸਾਡੇ ਥੌਟਸ ਕਿਹਾਂ ਤੇ ਅਸੀਂ ਪਾਸਟ 'ਚ ਰਹਿੰਦੇ ਆ ਜਾਂ ਅਸੀਂ ਫਿਊਚਰ ਦਾ ਸੋਚਦੇ ਆ ਪ੍ਰੈਜ਼ੈਂਟ ਨੂੰ ਤੇ ਅਸੀਂ ਇੰਜੋਏ ਨਹੀਂ ਕਰਦੇ ਮੈਂ ਕਾਫੀ ਲੋਕਾਂ ਨੂੰ ਦੇਖਿਆ ਕਿ ਉਹ ਇਦਾਂ ਚਾਹ ਚੱਕਦੇ ਆ ਗੱਲਾਂ-ਗੱਲਾਂ 'ਚ ਪੀ ਜਾਂਦੇ ਉਹਨਾਂ ਨੂੰ ਚਾਹ ਦਾ ਸਵਾਦ ਵੀ ਨਹੀਂ ਪਤਾ ਹ ਰੋਟੀ ਖਾ ਰਹੇ ਹੁੰਦੇ ਰਤ ਗੱਲਾਂ ਕਰ ਰਹੇ ਹੁੰਦੇ ਆ ਟੀਵੀ ਤੇ ਦੇਖ ਰਹੇ ਹੁੰਦੇ ਆ ਉਹਨਾਂ ਨੂੰ ਟੇਸਟ ਹੀ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਕੀ ਟੇਸਟ ਆ ਰਿਹਾ ਬਿਲਕੁਲ ਸੋ ਇਹ ਚੀਜ਼ਾਂ ਨੂੰ ਬਹੁਤ ਧਿਆਨ ਚ ਦੇਣ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੀ ਆਦਤਾਂ ਨਾਲ ਠੀਕ ਕਰਕੇ ਜ਼ਿੰਦਗੀ ਨੂੰ ਜੀਏ ਨਾ ਕਿ ਕਟਿਏ ਜੀ ਬਿਮਾਰੀਆਂ ਨਾਲ ਤੁਸੀਂ ਕੱਟ ਰਹੇ ਹੋ ਜੇ ਤੁਸੀਂ ਜੀਣਾ ਚਾਹੁੰਦੇ ਹੋ ਤੇ ਆਪਣੇ ਲਾਈਫ ਸਟਾਈਲ ਨੂੰ ਬਦਲਣ ਦੀ ਲੋੜ ਹੈ ਜਿਦੇ ਵਿੱਚ ਐਨ ਐਲ ਪੀ ਬਹੁਤ ਵੱਡੀ ਹੈਲਪ ਕਰਦੀ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਦੇ ਲਈ ਤਾਂ ਇਹ ਸੀ ਆਪਣੇ ਨਾਲ ਐਨ ਐਲ ਪੀ ਥੈਰਾਪਿਸਟ ਵੈਲਨੈਸ ਕੋਚ ਡਾਕਟਰ ਰਜਨੀ ਚੋਹਾਨ ਜੀ ਜਿਨ੍ਹਾਂ ਨੇ ਆਪਣੀਆਂ ਆਦਤਾਂ ਦੇ ਰਿਲੇਟਡ ਸਿਹਤ ਦੇ ਰਿਲੇਟਡ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਜੋ ਜਾਣਕਾਰੀ ਹੈ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਤ ਹੋਵੇਗੀ ਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇਸੇ ਤਰੀਕੇ ਦੀ ਕੁਝ ਖਾਸ ਜਾਣਕਾਰੀ ਲੈ ਕੇ ਤੇ ਤਦ ਤੱਕ ਲਈ ਦੇਖਦੇ ਰਹੋ ਚੈਨਲ ਨਿਰਪੱਖ ਪੋਸਟ ਧੰਨਵਾਦ